ਇਹਨਾਂ ਤੋਂ ਬਾਅਦ ਮੁਦੱਸਰ ਅਬਾਸ ਜਾਮ ਰਿਹਾ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹੁਮਾ ਕੁੰਨ ਵਲੀਏ ਕਲ ਹੁਜਤ ਇਬਨ ਅਲ ਹਸਨ ਸਲਵਾਤੁਕਾ ਅਲੈਹਿ ਵਾ ਅਲਾ ਅਬਾਇਹਿ ਫੀ ਹਾਜ਼ ਹਿਸਾਤਿਮ ਵਫੀ ਕੁੱਲਿ ਸਾਤ ਮਿਨ ਸਾਤ ਲੈਲ ਵ ਨਹਾਰ ਵਲੀਯਮ ਵ ਹਾਫਿਜ਼ਮ ਵ ਕਾਇਦਮ ਵ ਨਾਸਿਰਮ ਵ ਦਲੀਲਮ ਵ ਆਇਨਨ ਹੱਤਾ ਤੁਸਕਿਨਹੂ ਅਰਜ਼ਕ ਤਵਨ ਵ ਤੁਮੱਤਿਅਹੂ ਫੀਹਾ ਤਵੀਲਾ ਯਾ ਰੱਬਾ ਮੁਹੰਮਦਨ ਵਾਲ ਮੁਹੰਮਦ ਵਾਜਿਲ ਫਰਜਾਲ ਮੁਹੰਮਦ ਰੱਬ ਸੱਲੇ ਅਲਾ ਮੁਹੰਮਦਨ ਵਾਲ ਮੁਹੰਮਦ ਮੁਹੱਬਤ ਬਰੀ ਸਲਵਾਤ ਅਲਾਹੁਮਾ ਸੱਲੇ ਅਲਾ ਮੁਹੰਮਦਨ ਵਾਲ ਮੁਹੰਮਦ ਨਾਰਾਏ ਤਕਬੀਰ ਅੱਲਾ ਅਲੀ ਦਾ ਵੀ ਖਾਲਕੇ ਸਾਰੇ ਸਾਹਿਬਾਨ ਬੁਲੰਦ ਆਵਾਜ਼ ਨਾਲ ਨਾਰੇ ਦਾ ਜਵਾਬ ਦਿਓ। ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਰਿਸਾਲਤ ਨਾਰਾਏ ਹੈਦਰੀ ਜਾਂਦਾ ਖਾਈਏ ਉਹਦਾ ਗਾਈਏ ਹੱਥ ਬੁਲੰਦ ਹੋਵੇ ਉੱਚਾ ਨਾਰਾ ਹੈਦਰੀ ਹੁਸੈਨੀਅਤ ਹੁਸੈਨੀਅਤ ਯਜ਼ੀਦੀਅਤ ਅਹਿਲੇ ਬੈਤ ਦੇ ਦੁਸ਼ਮਨਾਂ ਤੇ ਲਾਨਤ ਸੈਦ ਉਹ ਸ਼ਹਦਾ ਦੇ ਕਾਤਲਾਂ ਤੇ ਲਾਨਤ ਮਿਲ ਕੇ ਸਲਵਾਤ ਪੜੋ ਉੱਚੀ ਆਵਾਜ਼ ਨਾਲ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ। ਦੁਆ ਹੈ ਤੁਸਾਂ ਤਮਾਮ ਮੋਮਿਨੀਨ ਦਾ ਟੁਰਾਇਆ ਪਰਦੇ 'ਚ ਮਾਵਾਂ ਭੈਣਾਂ ਮੁਰਸ਼ਾਜ਼ਾਦੀਆਂ ਦਾ ਟੁਰਾਇਆ ਬਾਨੀਆਨ ਦੀ ਪੁਰਖਲੂਸ ਸਫ਼ੇ ਮਾਤਮ ਵਿੱਚ ਆਈ ਹਸਨੈਨ ਸ਼ਰੀਫ ਐਮ ਦੀ ਪਾਕ ਅੰਮਾ ਆਪਣੀ ਬਾਰਗਾਹ 'ਚ ਕਬੂਲ 'ਚ ਮਨਜ਼ੂਰ ਫਰਮਾਵੇ। ਜਿਤਨੇ ਆ ਬੈਠੇ ਹੋ ਮਾਲਿਕ ਅੱਲਾ ਤਮਾਮ ਦੀਆਂ ਪਰੇਸ਼ਾਨੀਆਂ ਦੂਰ ਫਰਮਾਵੇ। ਜਿਹੜੀ ਅੱਖੀ ਹੱਜੋ ਜ਼ਿਆਰਾ ਤਸ ਸਿੱਖਦੀਆਂ ਨੇ ਮੇਰਾ ਮੌਲਾ ਇਸ ਸਾਲ ਮੌਜ਼ਾ ਵਿਖਾਵੇ। ਮੇਰੇ ਅਕੀਦੇ ਦੇ ਮੁਤਾਬਿਕ ਬਹੁਤ ਬੜੀ ਦੁਆ ਹੈ ਮੇਰਾ ਅੱਲਾ ਅਜ਼ਾਦਾਰਾਂ ਨੂੰ ਉਹ ਰਿਜ਼ਕ ਦੇਈਂ ਜਿਹਦੇ 'ਚ ਬੀਬੀ ਪਾਕ ਦੇ ਪੁੱਤਰਾਂ ਦਾ ਹਿੱਸਾ ਹੋਵੇ। ਵਸਦੇ ਰਹਿਣ ਯਾ ਅਲੀ ਮਦਦ ਕਹਿਣ ਵਾਲੇ ਉਹ ਜਈ ਵਸਣ ਉਹ ਘਰ ਵਸਣ ਜਿੱਥੇ 5, 12, 14 ਦਾ ਜ਼ਿਕਰ ਹੁੰਦਾ ਹੈ। ਤਮਾਮ ਦੁਆਵਾਂ ਦੀ ਇੱਕੋ ਹੀ ਦੁਆ ਹੈ ਸਾਡੇ ਹਕੀਕੀ ਵਾਰਿਸ ਵਾਲੀ ਉਲ ਅਸਰ ਬਾਦਸ਼ਾਹ ਦਾ ਜਲਦ ਅਜ਼ ਜਲਦ ਜ਼ਹੂਰ ਹੋਵੇ। ਤਮਾਮ ਦੁਆਵਾਂ ਦੀ ਕਬੂਲੀਅਤ ਵਾਸਤੇ ਮਿਲ ਕੇ ਸਲਵਾਤ ਪੜੋ ਉੱਚੀ ਆਵਾਜ਼ ਨਾਲ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ। ਇਬਤਦਾਈ ਮਜਲਿਸ ਵਿੱਚ ਤੁਹਾਨੂੰ 4 ਸਤਰਾਂ ਹਦੀਆ ਕਰਨਾ ਚਾਹੁੰਦਾ, ਇਜਾਜ਼ਤ ਬਾਬਾ ਜੀ? ਆਦਾਬ ਵਲੀ ਕੇ ਦਰ ਪੇ ਮਵਾਲੀ ਸਲਾਮ ਕਰਤੇ ਹੈ, ਵਲੀ ਕੇ ਦਰ ਪੇ ਮਵਾਲੀ ਸਲਾਮ ਕਰਤੇ ਹੈ। ਸ਼ੇਰ ਉਹਨਾਂ ਵਾਸਤੇ ਜਿਹੜਾ ਲਫ਼ਜ਼ਾਂ ਦਾ ਖਰੀਦਾਰ ਹੈ, ਜਿਹੜਾ ਸ਼ਾਇਰ ਨੂੰ ਸੁਣਨਾ ਜਾਣਦਾ। ਬਾਈ ਤਵੱਜੋ ਮੇਰੇ ਪਾਸੇ, ਮੈਂ ਗੱਲ ਕਿਹੜੀ ਪਿਆਦਾ? ਵਲੀ ਕੇ ਦਰ ਪੇ ਮਵਾਲੀ ਸਲਾਮ ਕਰਤੇ ਹੈ, ਫਰਿਸ਼ਤੇ ਬਣ ਕਰ ਸਵਾਲੀ ਸਲਾਮ ਕਰਤੇ ਹੈ, ਫਰਿਸ਼ਤੇ ਬਣ ਕਰ ਸਵਾਲੀ ਸਲਾਮ ਕਰਤੇ ਹੈ। ਅਬੁਲ ਹਸਨ ਕੋ ਝੁਕਨਾ ਹੀ ਤੇਰਾ ਬਿਹਤਰ ਹੈ, ਕਿਉਂ ਅਲੀ ਕੋ ਸਿਰਫ ਹਲਾਲੀ ਸਲਾਮ ਕਰਤੇ ਹੈ। ਜੀ ਉਹ ਕਿਆ ਬਾਤ ਹੈ ਤੁਹਾਡੀ ਬਾਬਾ ਜੀ, ਤੁਸਾਂ ਜੀ ਉਹ ਤੁਹਾਡੀ ਖੈਰ ਹੋਵੇ, ਵਸਦੇ ਰਹੋ, ਆਬਾਦ ਰਹੋ। ਇੱਕ ਹੋਰ ਰੁਬਾਈ ਜਨਾਬ ਦੇ ਮਿਆਰੇ ਸਮਾਤਨ ਨਜ਼ਰ ਕਰਨ ਲੱਗਾ, ਸਲਵਾਤ ਪੜੋ ਉੱਚੀ ਆਵਾਜ਼ ਨਾਲ ਅੱਲਾਹੁਮਾ ਸੱਲੇ ਅਲਾ ਵਾਲੇ ਮੁਹੰਮਦ। ਆਦਾ ਪਿਆ, ਅਗਰ ਜਹਾਂ ਮੇ ਗਮੇ ਕਰਬਲਾ ਨਹੀਂ ਹੋਤਾ, ਵਾਹ ਵਾਹ ਜੀ ਬਾਬਾ ਜੀ, ਅਗਰ ਜਹਾਂ ਮੇ ਗਮੇ ਕਰਬਲਾ ਨਹੀਂ ਹੋਤਾ, ਗਮੋ ਕਾ ਜ਼ੋਫ ਤੋ ਹੋਤਾ ਅਸਾ ਨਹੀਂ ਹੋਤਾ, ਗਮੋ ਕਾ ਜ਼ੋਫ ਤੋ ਹੋਤਾ ਅਸਾ ਨਹੀਂ ਹੋਤਾ, ਵਹਾਂ ਖਿਆਲੇ ਮੁਹੰਮਦ ਮੇ ਆ ਰਹੇ ਹੈ ਹੁਸੈਨ, ਜਹਾਂ ਖੁਦਾ ਕੇ ਸਿਵਾ ਦੂਸਰਾ ਨਹੀਂ ਹੋਤਾ। ਜੀ ਉਹ ਸਲਵਾਤ ਪੜੋ ਉੱਚੀ ਆਵਾਜ਼ ਨਾਲ। ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ, ਸਲਾਵਾ ਅਲਹਮਦੁਲਿਲਾ
हे रब العالمین واللہ کے بات للمتقین صلوات الصلاة والسلام على أشرف الأنبياء والمرسلين محبت بري صلوات جب تیرے فضائل کے سمندر نظر آئے جیو خیر ہوئے خطبے تو بعد عبادت انربائی پڑھ دا جب تیرے فضائل کے سمندر نظر آئے جیو تواڑی کیا بات ہے دریا ہمیں قطرے کے برابر نظر آئے اگلی گل اس واسطے غازی کالم نصب کیا سے دنیا کو میرا گھر نظر آئے خیر ہوئے نسلان دی خیر ہوئے ذکر نصیب ہوئے گجرات دی درتی زندہ بات جیو تو ساں جیو تاڑی کیا بات ہے ایک اور بھائی اجازت بابا جی جنہیں زمانہ بنائے ولی نہیں ہوتے جنہیں زمانہ بنائے ولی نہیں ہوتے کہ خار مر کر بھی ہرگز کلی نہیں ہوتے ہر ایک مقام پہ ہوتے دل میں علی نہیں ہوتا جیو تاڑی خیر ہوئے اتنا سونا سن دے پہ ہو میرا دل بن گیا ہے جو مسدس دے دو مین بانیاں دا حکم بھی سی اجازت ہے قبلہ سارا مدحا سرائے حسین تھکے تو نہیں بیٹھے کیا بات ہے تھوڑی حسین دی سارا قرآن مدحا سرائی حسین دی پہ گئی دو جہاں حسین
جیو شاباش वसता है सोना सोना जैनब दा सोना भी कर दे रहे फरिश्ते गदाए ओ सै जियो तड़ी क्या बात है बाबा जी जियो तुस बैठे हो तवज्जो मेरे पास से इस पाक मिंबर दी कसम है जिवे सैयर वसे इंज वसिया कोई नहीं 1400-1500 साल हो गए रोंदे इस वास्ते आए जिवे घर उजड़िया है ई नहीं उजड़िया कोई जेड़े वेले वादे होने चाली ग्राम दी कवेली आए उजड़े कोई दुनिया ते वक्रे उजड़े कबरा नाल कबरा नहीं रलिया इराजे विच तू दखल नांड बाबा जी आध मिनट दी तौजी कर दा ताकि बंद तमाम बंदे यार ज़हन च आ जाए इरदा दिए दोवे शहजादे मां को नमा जी दे बीबी फरमाया हा मेरा बचड़ा जीद अम्मा सारे शहर दोनों का फाखरे लिबास पाए साढ़े कपड़े बीबी पुत्रा ने मथे चुमके फरमाया तुहाड़े कपड़े दर्जी कोल बीबी दे आखन दी दे रही जन्नत चो पोशाक आ गई शहजादियां पाइया बीबिया दिए नाने कोल वंजो दुवे शहजादे जन्नती लिबास पा के नाने कोल आए नाना मां जन्नत चो पोशाक मंगवा के दितियन नाना हुन साडी शान मुताबिक सवारी बजुर्गो बाइयो सवारी दा नाम है कायनात दा नबी झुकदा झुकदा जमीन ते बह गए फरमांदे ने चढ़ाओ नाने दे मुंडे हाजर दुवे शहजादे सवार हो गए सरकारे हसन फरमांदे नाना घर रसूल घर वेंदन हुसैन फरमांदे नाना मस्जिद रसूल मस्जिद वेंदन कदाई घर कदाई मस्जिद कदाई घर कदाई मस्जिद 70 चक्कर लग गए उच्चारनी है पाक सैन बतूल बीबी अकाली दे पासे रो के फरमांदन या अली जिवें ते को बचड़े बहु प्यारे नी इवें मैं को बाबा बहु प्यारा है या अली हसन ते हुसैन जो मेरे पिओ दे मोंडिया ते सवार मेरा बाबा थक पिया सी अली अल्लाह सुनन मेरे मौला अली बाहर आए हालत केड़ी वेखी है दोवें शहजादे नबी दे मोंडिया ते सवार अली फरमांदे ने हसन जी बाबा हुसैन जी बाबा लह आओ तुहाडा नाना थक पिया उसी अली ये गल कीती है कायनात दा नबी अकाली दे पासे वेख के फरमांदे नी राज़े विच तू दखल नांडे तकलीफ दा जट लग वैसी ओ अजे अजमेंदे नाने को कल नाना चाहे या अली वक्त आवन दे चार दहाड़े खुशियां दे
ਇਥੋਂ ਟੁਰ ਵੰਜਣਾ ਏ ਪਰਦੇਸੀ ਉਹ ਜੇ ਕੋ ਅੱਜ ਮੈਂ ਮੋਰ ਤੇ ਚਾਈ ਫਿਰਦਾ ਇਹਦੀ ਲਾਸ਼ ਨਾ ਕੋਈ ਦਫਾ ਖੰਦਾ ਪੇਸ਼ਾਨੀ ਨਾਲ ਅੱਖੀ ਸਾਫ਼ ਕਰਕੇ ਖੰਦਾ ਪੇਸ਼ਾਨੀ ਨਾਲ ਸਲਵਾਤ ਪੜੋ ਉੱਚੀ ਆਵਾਜ਼ ਨਾਲ ਅਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਅਤੇ ਸਲਵਾਤ ਉੱਚੀ ਆਵਾਜ਼ ਨਾਲ ਪੜੋ ਅਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਹੁਣ ਜਿਹੜਾ ਮੈਂ ਕਸੀਦਾ ਪੜ੍ਹਨ ਲੱਗਾ ਬਾਬਾ ਜੀ ਇਜਾਜ਼ਤ ਹੈ ਇਹੋ ਮੇਰਾ ਫਜ਼ਾਇਲ ਹੈ ਇਹੋ ਮੇਰਾ ਮੁਸਾਹਿਬ ਹੈ ਠੀਕ ਹੈ जने जे ते जने जे ते रब मनवाए जने जे ते रब मनवाए ਦਰਬਾਰੇ ਯਜ਼ੀਦ ਵਿੱਚ ਮਲਕਾ ਸ਼ਾਮ ਨੇ ਜਿਹੜੇ ਯਜ਼ੀਦ ਦੇ ਪਾਸੇ ਮੁਖਾਤਿਬ ਹੋ ਕੇ ਜਿਹੜੀ ਗੱਲ ਕੀਤੀ ਹੈ ਉਹੀ ਇਹ ਗੱਲ ਹੈ ਤਵੱਜੋ ਮੇਰੇ ਪਾਸੇ ਬੀਬੀ ਫਰਮਾਇਆ ਜੈਨੇ ਜ਼ੇ ਤੇ ਰੱਬ ਮਨਵਾਏ ਉਸ ਹੁਸੈਨ ਨੂੰ ਮੈਂ ਨਾਰਾ ਵੀ ਕੋਈ ਆਉਂਦਾ ਜੀ ਕਿ ਨਹੀਂ ਮੈਂ ਘਰ ਨੀਂਦਰ ਆਈ ਉਹਨਾਂ ਨੂੰ ਪਤਾ ਨੀ ਮੈਂ ਕਿੱਦਾਂ ਸ਼ਗਿਰਦਾ ਗੁਲਾਮ ਅਬਾਸ ਰਤਨ ਸਾਹਿਬ ਮੋਹਤਰਾ ਦਰਬਾਰੇ ਯਜ਼ੀਦ ਜੇ ਬੀਬੀ ਅਗਲੀ ਗੱਲ ਕੀਤੀ ਹੈ ਨਾ ਇਸ ਕਮੀਨੇ ਦੇ ਪਾਸੇ ਵੇਖ ਕੇ ਬੀਬੀ ਫਰਮਾਇਆ ਤੂੰ ਮੈਨੂੰ ਕੈਦ ਰਸੀਆਂ ਨੇ ਜਿਹੜੇ ਹੱਥਾਂ ਦੇ ਵਿੱਚ ਰਸੀਆਂ ਨੇ ਇਹਨਾਂ ਨੇ ਬਾਸ ਬਣਾਏ ਜਨੇ ਜੇ ਤੇ ਤੁਹਾਡੀ ਕਿਆ ਬਾਤ ਤੇ ਤੁਸਾਂ ਜੀਓ ਪਏ ਜਦੋਂ ਇਸ ਕਮੀਨੇ ਦਾ ਵਸ ਨਹੀਂ ਨਾ ਚੱਲਿਆ ਇਸਨੇ ਆਪਣੇ ਮੌਜਾਂ ਨੂੰ ਆਖਿਆ ਅਜ਼ਾਨ ਦੇ ਬੇਵਕਤੀ ਅਜ਼ਾਨ ਦੇ ਬੀਬੀ ਦੇ ਪਾਸੇ ਵੇਖ ਕੇ ਆਖਿਆ ਜੇ ਅਜ਼ਾਨ ਜਿਸ ਤੇਰੇ ਨਾਨੇ ਦਾ ਨਾਂ ਆਇਆ ਤਾਂ ਤੂੰ ਜਿੱਤਿਆ ਮੇਰੇ ਨਾਨੇ ਦਾ ਨਾਂ ਆਇਆ ਤਾਂ ਮੈਂ ਜਿੱਤੀ ਇਸੇ ਜ਼ਿਮਨ 'ਚ ਸ਼ੇਰ ਪਿਆ ਪੜਦਾ ਬੀਬੀ ਫਰਮਾਇਆ ਉਮੇ ਅਬੀ ਉਮੇ ਅਬੀ ਹਾ ਬਨੀ
सूरत विच नाने नू मैं आप किड़ाए जैन जेते तारीख च पहला कह दिए जिस बैन दी मैया ते खलो के बैन कीता है सैयदा ने मरहम सज्जाद दे जख्मां दी बीमार को कर तनहा नहीं टेंडा विच जिंदान दे रोल मरना ते सज्जाद को भूल संगे जिंदान दे रोल मरना ते सज्जाद को भूल संग सैयदा ने ते को कफन जरूर पवावा पुपिया दे कोल रिदा नहीं के थुश्मन तो योले दफन करा मैं कुलब दी कबर दे Yeah.